ਦੇਸ਼ ਦੇ ਲਈ ਕਾਂਸੀ ਦਾ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ 10 ਖਿਡਾਰੀ ਪੰਜਾਬ ਤੋਂ। ਦਸ ਹਾਕੀ ਖਿਡਾਰੀਆਂ ਦੇ ਵਿੱਚੋਂ 2 ਪੰਜਾਬ ਸਰਕਾਰ ਦੇ ਵਿੱਚ PCS ਅਤੇ 4 DSP ਅਹੁਦੇ ਤੇ ਕਰਦੇ ਹਨ ਕੰਮ। ਓਲੰਪਿਕਸ ਵਿੱਚ ਭਾਰਤੀ ਹਾਕੀ ਟੀਮ ਦੇ 10 ਖਿਡਾਰੀ ਪੰਜਾਬ ਤੋਂ ਹਨ। ਦੱਸਾਂਗਾ ਉਹਨਾਂ ਬਾਰੇ ਇੱਕ ਇੱਕ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ ਤੁਹਾਨੂੰ। ਪੰਜਾਬ ਦੇ ਉਹ 10 ਖਿਡਾਰੀਆਂ ਬਾਰੇ ਪੂਰੀ ਵਿਸਥਾਰ ਦੇ ਨਾਲ ਜਾਣਕਾਰੀ। ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼, ਮੈਂ ਹਾਂ ਵਿਜੇ ਵੋਰਾ। ਓਲੰਪਿਕਸ ਖੇਡਾਂ ਦੇ ਵਿੱਚ ਭਾਰਤੀ ਹਾਕੀ ਟੀਮ ਨੇ ਬੀਤੇ ਦਿਨੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਸਪੇਨ ਨੂੰ 2-1 ਦੇ ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ ਅਤੇ ਦੇਸ਼ ਭਰ ਦੇ ਵਿੱਚ ਜਿੱਥੇ ਜਸ਼ਨ ਦਾ ਮਾਹੌਲ ਹੈ ਤਾਂ ਉੱਥੇ ਹੀ ਦੇਸ਼ ਭਰ ਦੇ ਲੋਕਾਂ ਦੀ ਦੁਆਵਾਂ ਦੇ ਤਹਿਤ ਪੰਜਾਬ ਦੇ 10 ਖਿਡਾਰੀ ਜੋ ਭਾਰਤੀ ਹਾਕੀ ਟੀਮ ਦੇ ਵਿੱਚ ਖੇਡਦੇ ਹਨ ਉਹਨਾਂ ਬਾਰੇ ਤੁਹਾਨੂੰ ਵਿਸਥਾਰ ਦੇ ਨਾਲ ਜਾਣਕਾਰੀ ਦੇਵਾਂਗੇ। ਤਾਂ ਦੇਸ਼ ਭਰ ਦੇ ਵਿੱਚ ਚਾਹੇ ਉਹ ਲੀਡਰ ਹੋਣ, ਚਾਹੇ ਉਹ ਅਫਸਰ ਹੋਣ ਜਾਂ ਫਿਰ ਕਈ ਵੀ ਅਹੁਦਿਆਂ ਦੇ ਉੱਤੇ ਕੰਮ ਕਰਦੇ ਹੋਣ, ਉਹਨਾਂ ਵੱਲੋਂ ਦੇਸ਼ ਦੇ ਇਹਨਾਂ ਹਾਕੀ ਖਿਡਾਰੀਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਤਾਂ ਦੇਸ਼ ਭਰ ਦੇ ਵਿੱਚੋਂ ਵਧਾਈਆਂ ਦੇ ਸੰਦੇਸ਼ ਮਿਲ ਰਹੇ ਹਨ। ਤਾਂ ਸੂਬੇ ਦੇ ਮੁੱਖ ਮੰਤਰੀ ਵੀ ਲਗਾਤਾਰ, ਚਾਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣ, ਲਗਾਤਾਰ ਭਾਰਤੀ ਹਾਕੀ ਟੀਮ ਦੇ ਨਾਲ ਗੱਲਬਾਤ ਕਰ ਰਹੇ ਨੇ ਅਤੇ ਉਹਨਾਂ ਨੂੰ ਵਧਾਈਆਂ ਦੇ ਰਹੇ ਨੇ। ਤਾਂ ਇਸੇ ਦੇ ਨਾਲ ਤੁਹਾਨੂੰ ਦੱਸਾਂਗੇ ਵਿਸਥਾਰ ਦੇ ਨਾਲ ਫੈਕਟ ਨਿਊਜ਼ 'ਤੇ ਇੱਕ ਇੱਕ ਜਾਣਕਾਰੀ ਭਾਰਤੀ ਹਾਕੀ ਟੀਮ ਦੇ ਉਹਨਾਂ 10 ਖਿਡਾਰੀਆਂ ਦੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਕਈ ਅਫਸਰ ਅਤੇ ਕਈ DSP ਦੇ ਅਹੁਦੇ 'ਤੇ ਕੰਮ ਕਰਦੇ ਹਨ। ਤਾਂ 10 ਖਿਡਾਰੀਆਂ ਬਾਰੇ ਵਿਸਥਾਰ ਦੇ ਨਾਲ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ। ਕੌਣ ਹਨ ਭਾਰਤੀ ਹਾਕੀ ਟੀਮ ਦੇ ਕਪਤਾਨ? ਹਰਮਨਪ੍ਰੀਤ ਸਿੰਘ ਅਤੇ ਉਹਨਾਂ ਦੇ ਨਾਲ 9 ਭਾਰਤੀ ਹਾਕੀ ਟੀਮ ਦੇ ਵਿੱਚ ਖੇਡਦੇ ਪੰਜਾਬ ਦੇ ਖਿਡਾਰੀ ਕੌਣ ਹਨ? ਇੱਕ ਇੱਕ ਕਰ ਤੁਹਾਨੂੰ ਪੂਰੀ ਜਾਣਕਾਰੀ ਸਾਂਝੀ ਕਰਾਂਗੇ। ਓਲੰਪਿਕਸ ਮੈਡਲ ਜਿੱਤਣ ਵਾਲੇ ਪੰਜਾਬ ਦੇ ਹਾਕੀ ਖਿਡਾਰੀਆਂ ਬਾਰੇ ਤੁਹਾਨੂੰ ਸੰਖੇਪ ਨਾਲ ਜਾਣਕਾਰੀ ਦੇਵਾਂਗੇ। ਤਾਂ ਜਿਨ੍ਹਾਂ 'ਚੋਂ ਟੀਮ ਦੇ 2 ਖਿਡਾਰੀ ਪੰਜਾਬ ਸਰਕਾਰ ਵਿੱਚ PCS ਅਫਸਰ ਅਤੇ 4 DSP ਅਫਸਰ ਹਨ। ਤਾਂ ਦੱਸਾਂਗੇ 1 ਨੰਬਰ 'ਤੇ ਹਰਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹਨ। ਤਾਂ ਦੱਸ ਦਈਏ ਕਿ ਹਰਮਨਪ੍ਰੀਤ ਸਿੰਘ ਆਪਣੀ 3ਜੀ ਓਲੰਪਿਕਸ ਜਿਹੜੀ ਹੈ ਖੇਡ ਖੇਡਿਆ। ਤਾਂ ਹਰਮਨਪ੍ਰੀਤ ਸਿੰਘ ਡਿਫੈਂਡਰ ਹਨ ਅਤੇ ਡਰੈਗ ਫਲਿਕਰ ਹੋਣ ਦੇ ਨਾਤੇ ਟੀਮ ਦੀ ਜੋ ਸਕੋਰਿੰਗ ਸ਼ਕਤੀ ਦਾ ਅਹਿਮ ਅੰਗ ਹੈ। ਤਾਂ 2021 ਵਿੱਚ ਟੋਕੀਓ ਓਲੰਪਿਕਸ ਵਿੱਚ ਭਾਰਤ ਨੇ ਹਾਕੀ ਵਿੱਚ 41 ਵਰ੍ਹਿਆਂ ਬਾਅਦ ਕੌਮੀ ਤਮਗਾ ਜਿੱਤਿਆ ਸੀ। ਤਾਂ ਹਰਮਨਪ੍ਰੀਤ ਸਿੰਘ 6 ਗੋਲਾਂ ਨਾਲ ਭਾਰਤ ਦਾ ਟੋਪ ਸਕੋਰਰ ਰਿਹਾ ਸੀ। ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਤਿੰਮੋਵਾਲ ਪਿੰਡ ਦਾ ਵਸਨੀਕ ਹਰਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ DSP ਹਨ। ਤਾਂ ਸਰਪੰਚ ਵੀ ਆਖੇ ਜਾਂਦੇ ਹਨ। ਤਾਂ ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ ਹਨ। ਤਾਂ ਦੂਜੇ ਨੰਬਰ 'ਤੇ ਆਉਂਦੇ ਨੇ ਹਾਰਦਿਕ ਸਿੰਘ। ਤਾਂ ਹਾਰਦਿਕ ਸਿੰਘ ਭਾਰਤੀ ਟੀਮ ਦਾ ਉਪ ਕਪਤਾਨ ਹੈ ਜੋ ਆਪਣੀ 2ਜੀ ਓਲੰਪਿਕਸ ਖੇਡਿਆ ਹੈ। ਤਾਂ ਹਾਰਦਿਕ ਸਿੰਘ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦਾ ਵਾਰਸ ਹੈ, ਜਿਸ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ ਓਲੰਪਿਕਸ ਵਿੱਚ ਸੋਨ ਤਮਗਾ ਜੇਤੂ ਹਨ। ਤਾਂ ਰਾਜਵੀਰ ਕੌਰ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਹੈ ਅਤੇ ਜੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹਨ। ਤਾਂ ਹਾਰਦਿਕ ਸਿੰਘ ਜਿਹੜੇ ਨੇ ਉਹ ਖੇਡ ਜਗਤ ਤੋਂ ਵੀ ਆਉਂਦੇ ਨੇ। ਤਾਂ
ਮਿਡਫੀਲਡ ਵਿੱਚ ਖੇਡਦੇ ਹਨ ਤਾਂ ਉਹ ਪੰਜਾਬ ਸਰਕਾਰ ਵਿੱਚ PCS ਅਫਸਰ ਹਨ। ਤਾਂ ਤੀਜੇ ਨੰਬਰ 'ਤੇ ਮਨਪ੍ਰੀਤ ਸਿੰਘ, ਭਾਰਤੀ ਹਾਕੀ ਟੀਮ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ 4th ਓਲੰਪਿਕਸ ਖੇਡਿਆ ਹੈ। ਤਾਂ ਮਨਪ੍ਰੀਤ ਸਿੰਘ ਅਤੇ ਸ਼੍ਰੀ ਜੇਸ਼ ਸਣੇ ਭਾਰਤ ਵੱਲੋਂ 4 ਓਲੰਪਿਕਸ ਖੇਡਣ ਵਾਲੇ ਸਿਰਫ 5 ਖਿਡਾਰੀ ਹੀ ਹਨ। ਮਿੱਠਾਪੁਰ ਪਿੰਡ ਦਾ ਵਸਨੀਕ ਮਨਪ੍ਰੀਤ ਸਿੰਘ ਟੋਕੀਓ ਓਲੰਪਿਕਸ ਵਿੱਚ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਸੀ। ਤਾਂ ਮਿਡਫੀਲਡ ਵਿੱਚ ਇਹ ਭਾਰਤੀ ਟੀਮ ਦੀ ਜਿੰਦ ਜਾਨ ਹੈ ਜੋ ਡਿਫੈਂਸ ਅਤੇ ਅਟੈਕ ਵਿਚਕਾਰ ਤਾਲਮੇਲ ਦਾ ਕੰਮ ਕਰਦਾ ਹੈ। ਤਾਂ 350 ਤੋਂ ਵੱਧ ਮੈਚ ਖੇਡਣ ਦਾ ਤਜਰਬਾ ਰੱਖਣ ਵਾਲਾ ਮਨਪ੍ਰੀਤ ਸਿੰਘ ਪੰਜਾਬ ਪੁਲਿਸ ਵਿੱਚ DSP ਦੇ ਬਤੌਰ ਅਹੁਦੇ 'ਤੇ ਕੰਮ ਕਰ ਰਹੇ ਹਨ। ਤਾਂ 4th ਨੰਬਰ 'ਤੇ ਆਉਂਦੇ ਹਨ ਮਨਦੀਪ ਸਿੰਘ। ਤਾਂ ਮਨਦੀਪ ਸਿੰਘ ਦਾ ਗ੍ਰਾਈ ਮਨਦੀਪ ਸਿੰਘ ਇਸ ਵਾਰ ਆਪਣੀ ਦੂਜੀ ਓਲੰਪਿਕਸ ਖੇਡਿਆ ਹੈ। ਤਾਂ ਭਾਰਤੀ ਫਾਰਵਰਡ ਲਾਈਨ ਦਾ ਸਭ ਤੋਂ ਤਜਰਬੇਕਾਰ ਖਿਡਾਰੀ ਮਨਦੀਪ ਸਿੰਘ 250 ਦੇ ਕਰੀਬ ਮੈਚਾਂ ਵਿੱਚ ਹੁਣ ਤੱਕ 100 ਤੋਂ ਵੱਧ ਗੋਲ ਕਰ ਚੁੱਕਾ ਹੈ। ਉਹ ਵੀ ਪੰਜਾਬ ਪੁਲਿਸ ਵਿੱਚ DSP ਦੇ ਅਹੁਦੇ 'ਤੇ ਕੰਮ ਕਰਦੇ ਹਨ। ਤਾਂ 5th ਨੰਬਰ 'ਤੇ ਗੁਰਜੰਟ ਸਿੰਘ, ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਖਲਿਹਾਰਾ ਦਾ ਵਸਨੀਕ ਗੁਰਜੰਟ ਸਿੰਘ ਲੈਫਟ ਵਿੰਗਰ ਹੈ ਜੋ ਆਪਣੀ ਤੇਜ਼ ਤਰਾਰ ਖੇਡ ਲਈ ਜਾਣਿਆ ਜਾਂਦਾ ਹੈ। ਤਾਂ ਹਾਲੈਂਡ ਖਿਲਾਫ ਇੱਕ ਮੈਚ ਵਿੱਚ 13 ਸਕਿੰਟ ਵਿੱਚ ਗੋਲ ਕਰਕੇ ਸਭ ਤੋਂ ਤੇਜ਼ ਗੋਲ ਕਰਨ ਵਾਲਾ ਭਾਰਤੀ ਸਟ੍ਰਾਈਕਰ ਗੁਰਜੰਟ ਸਿੰਘ ਵੀ ਆਪਣੀ ਦੂਜੀ ਓਲੰਪਿਕਸ ਖੇਡਿਆ ਹੈ ਅਤੇ ਉਹ ਪੰਜਾਬ ਸਰਕਾਰ ਵਿੱਚ PCS ਅਫਸਰ ਦੇ ਅਹੁਦੇ 'ਤੇ ਕੰਮ ਕਰਦੇ ਹਨ। ਤਾਂ 6th ਨੰਬਰ 'ਤੇ ਸ਼ਮਸ਼ੇਰ ਸਿੰਘ, ਸਰਹੱਦੀ ਪਿੰਡ ਅਟਾਰੀ ਦਾ ਵਸਨੀਕ ਸ਼ਮਸ਼ੇਰ ਸਿੰਘ ਪਿਛਲੀ ਵਾਰ ਟੋਕੀਓ ਓਲੰਪਿਕਸ ਵਿੱਚ ਸਭ ਤੋਂ ਘੱਟ ਤਜਰਬੇਕਾਰ ਖਿਡਾਰੀ ਸੀ ਅਤੇ ਹੁਣ ਉਹ ਭਾਰਤੀ ਫਾਰਵਰਡ ਲਾਈਨ ਦੇ ਤਜਰਬੇਕਾਰ ਖਿਡਾਰੀਆਂ ਵਿੱਚੋਂ ਇੱਕ ਹੈ। ਉਹ ਟੀਮ ਦੇ ਜੋ ਖੇਡ ਦਾ ਅਹਿਮ ਹਿੱਸਾ ਹੈ ਜੋ ਖੇਡ ਮੈਦਾਨ ਵਿੱਚ ਸ਼ਾਂਤ ਚਿੱਤ ਸੁਭਾਅ ਲਈ ਜਾਣਿਆ ਜਾਂਦਾ ਹੈ। ਤਾਂ ਸ਼ਮਸ਼ੇਰ ਸਿੰਘ ਪੰਜਾਬ ਪੁਲਿਸ ਵਿੱਚ DSP ਦੇ ਅਹੁਦੇ 'ਤੇ ਕੰਮ ਕਰਦੇ ਹਨ। ਤਾਂ 7th ਨੰਬਰ 'ਤੇ ਜਰਮਨਪ੍ਰੀਤ ਸਿੰਘ ਬਲ, ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਜਦਾਨ ਦਾ ਵਸਨੀਕ ਜਰਮਨਪ੍ਰੀਤ ਸਿੰਘ ਆਪਣੀ ਮਜ਼ਬੂਤ ਸੂਰਤ ਦਿੱਖ ਅਤੇ ਉੱਚ ਲੰਬੇ ਕੱਦ ਕਾਰਨ ਹਾਕੀ ਫੀਲਡ ਵਿੱਚ ਵੱਖਰੀ ਹੀ ਪਛਾਣ ਰੱਖਦਾ ਹੈ। ਤਾਂ ਭਾਰਤੀ ਡਿਫੈਂਸ ਲਾਈਨ ਵਿੱਚ ਖੇਡਦਾ ਹੈ। ਇਹ ਖਿਡਾਰੀ ਆਪਣੀ ਲੰਬੇ ਸਲੈਪ ਸ਼ੋਟ ਕਰਕੇ ਜੋ ਲੰਬੇ ਸਲੈਪ ਸ਼ੋਟ ਖੇਡਦੇ ਹਨ ਤਾਂ ਉਹਨਾਂ ਕਰਕੇ ਫਾਰਵਰਡ ਲਾਈਨ ਵਿੱਚ ਫੀਡਰ ਦਾ ਕੰਮ ਵੀ ਕਰਦਾ ਹੈ। ਉਹ ਭਾਰਤੀ ਆਮਦਨ ਕਰ ਵਿਭਾਗ ਵਿੱਚ ਸਰਵਿਸ ਕਰਦਾ ਹੈ। ਤਾਂ ਦੱਸਦੀ ਕਿ 8th ਨੰਬਰ 'ਤੇ ਸੁਖਜੀਤ ਸਿੰਘ, ਅੰਮ੍ਰਿਤਸਰ ਜ਼ਿਲ੍ਹੇ ਦੇ ਜੱਦੀ ਪਿਛੋਕੜ ਵਾਲਾ ਸੁਰਜੀਤ ਸਿੰਘ ਜਲੰਧਰ ਸ਼ਹਿਰ ਦਾ ਵਸਨੀਕ ਹੈ। ਭਾਰਤੀ ਫਾਰਵਰਡ ਲਾਈਨ ਵਿੱਚ ਸ਼ਾਮਲ ਨਵੇਂ ਖਿਡਾਰੀਆਂ ਵਿੱਚੋਂ ਇੱਕ ਸੁਖਜੀਤ ਹਾਲ ਹੀ ਵਿੱਚ ਏਸ਼ੀਆਈ ਖੇਡਾਂ ਅਤੇ ਏਸ਼ੀਅਨ ਚੈਂਪੀਅਨ ਟਰਾਫੀ ਦਾ ਸੋਨ ਦਮਕਾ ਜੇਤੂ ਖਿਡਾਰੀ ਹੈ। ਤਾਂ ਅੰਦਰ ਉਹ ਬਹੁਤ ਕਾਰਗਰ ਸਾਬਤ ਹੁੰਦਾ ਹੈ। ਤਾਂ ਡੀ ਅੰਦਰ ਉਹ ਬਹੁਤ ਕਾਰਗਰ ਸਾਬਤ ਹੁੰਦਾ ਹੈ। ਤਾਂ ਉਹ ਪੰਜਾਬ ਨੈਸ਼ਨਲ ਬੈਂਕ ਵਿੱਚ ਸਰਵਿਸ ਕਰਦਾ ਹੈ। ਤਾਂ ਦੱਸ ਦਈਏ ਕਿ ਉਕਤ 8 ਖਿਡਾਰੀਆਂ ਤੋਂ ਇਲਾਵਾ ਕਪੂਰਥਲਾ ਦਾ ਗੋਲਚੀ ਕ੍ਰਿਸ਼ਨ ਬਹਾਦਰ ਪਾਠਕ ਅਤੇ ਮਾਝੇ ਦਾ ਡਰੈਗ ਫਲਿਕਰ ਜੁਗਰਾਜ ਸਿੰਘ ਭਾਰਤੀ ਟੀਮ ਵਿੱਚ ਰਾਖਵੇਂ ਖਿਡਾਰੀ ਵਜੋਂ ਸ਼ਾਮਲ ਹਨ। ਤਾਂ ਪੰਜਾਬ ਦੇ 10 ਖਿਡਾਰੀਆਂ ਤੋਂ ਤੁਹਾਨੂੰ ਪਰਿਚੇ ਕਰਵਾਇਆ ਇੱਕ ਇੱਕ ਕਰਕੇ। ਪ੍ਰਧਾਨ ਜੋ ਕੈਪਟਨ ਨੇ ਹਰਮਨਪ੍ਰੀਤ ਸਿੰਘ, ਜਾਂ ਫਿਰ ਉਪ ਕਪਤਾਨ ਨੇ, ਜਾਂ ਫਿਰ ਉਹ ਡਿਫੈਂਡਰ ਖੇਡਦੇ ਨੇ, ਜਾਂ ਫਿਰ ਗੋਲਚੀ ਨੇ, ਇੱਕ ਇੱਕ ਕਰਕੇ ਤੁਹਾਨੂੰ ਵਿਸਤਾਰ ਦੇ ਨਾਲ ਜਾਣਕਾਰੀ ਦਿੱਤੀ ਹੈ। ਤਾਂ ਕਿਹੜੇ ਸ਼ਹਿਰ ਦੇ ਰਹਿਣ ਵਾਲੇ ਨੇ, ਤਾਂ ਕਿਸ ਫੀਲਡ ਦੇ ਵਿੱਚ ਖੇਡਦੇ ਨੇ, ਅਤੇ ਕਿੰਨਾ ਤਜਰਬਾ ਹੁਣ ਤੱਕ ਖਿਡਾਰੀਆਂ ਦਾ ਹੈਗਾ, ਤਾਂ ਕਿੰਨੇ ਗੋਲ ਉਹ ਕਰ ਚੁੱਕੇ ਨੇ, ਤਾਂ ਕਿੰਨੇ ਮੈਚ ਜਿਹੜੇ 10 ਖਿਡਾਰੀ ਨੇ ਪੰਜਾਬ ਦੇ ਉਹ ਹੁਣ ਤੱਕ ਖੇਡ ਚੁੱਕੇ ਨੇ। ਤਾਂ
ਤਸੱਲੀ ਨਾਲ ਤੁਹਾਨੂੰ ਵਿਸਤਾਰ ਦੇ ਨਾਲ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ, ਤਾਂ ਇਸੇ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ 10 ਹਾਕੀ ਖਿਡਾਰੀ ਜਿਨ੍ਹਾਂ ਨੇ ਭਾਰਤੀ ਹਾਕੀ ਟੀਮ ਦੇ ਵਿੱਚ ਖੇਡ ਕਾਂਸੀ ਦਾ ਤਮਗਾ ਜਿੱਤਿਆ, ਸਪੇਨ ਨੂੰ 2-1 ਦੇ ਨਾਲ ਆਖਰੀ ਮਿੰਟਾਂ ਦੇ ਵਿੱਚ ਹਰਾਇਆ, ਤਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵੀ ਉਹਨਾਂ ਨੂੰ ਵਧਾਈ ਦਿੱਤੀ ਗਈ ਹੈ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਹਨਾਂ ਨੂੰ ਦੇ ਨਾਲ ਜਿਹੜੀ ਹੈ ਫੋਨ 'ਤੇ ਬਾਤਚੀਤ ਕੀਤੀ ਹੈ, ਗੱਲਬਾਤ ਕੀਤੀ ਹੈ ਅਤੇ ਵਧਾਈ ਦਿੱਤੀ ਹੈ। ਤਾਂ ਇਸੇ ਦੇ ਨਾਲ ਜਿਹੜੇ ਪੰਜਾਬ ਦੀ ਖੇਡ ਨੀਤੀ ਹੈ, ਪੰਜਾਬ ਦੀ ਖੇਡ ਨੀਤੀ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ 10 ਜੋ ਪੰਜਾਬ ਦੇ ਖਿਡਾਰੀ ਹਨ ਉਹਨਾਂ ਨੂੰ 1-1 ਕਰੋੜ ਰੁਪਏ ਦਾ ਨਗਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ। ਤਾਂ ਪੰਜਾਬ ਦੇ ਹਾਕੀ ਟੀਮ ਦੇ ਜੋ ਖਿਡਾਰੀ ਹਨ ਉਹਨਾਂ ਨੂੰ ਵਧਾਈ ਸੰਦੇਸ਼ ਮਿਲ ਰਹੇ ਹਨ ਅਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿੱਦਾਂ ਹੀ ਸਪੇਨ ਨੂੰ 2-1 ਦੇ ਨਾਲ ਹਰਾ ਕੇ ਕਾਂਸੀ ਦਾ ਤਮਗਾ ਭਾਰਤੀ ਹਾਕੀ ਟੀਮ ਨੇ ਜਿੱਤਿਆ, ਤਾਂ ਜਸ਼ਨ ਦਾ ਮਾਹੌਲ ਪੂਰੇ ਦੇਸ਼ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸੀ। ਤਾਂ ਉਦਾਂ ਹੀ ਪੰਜਾਬ ਦੇ ਜੋ 10 ਖਿਡਾਰੀ ਨੇ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਤਾਂ ਪੰਜਾਬ ਦੇ ਉਹ 10 ਜਾਂਬਾਜ਼ ਖਿਡਾਰੀਆਂ ਦੇ ਨਾਲ ਤੁਹਾਨੂੰ ਤਾਰੁਫ ਕਰਵਾਇਆ, ਤਾਂ ਉਹਨਾਂ ਦੀ ਜਾਣਕਾਰੀ ਸਾਂਝੀ ਤੁਹਾਡੇ ਨਾਲ ਕੀਤੀ ਹੈ। ਕਿਸ ਤਰ੍ਹਾਂ ਦੀ ਲੱਗੀ ਸਾਡੇ ਵੱਲੋਂ ਦਿੱਤੀ ਜਾਣਕਾਰੀ, ਲਾਈਕ ਕਰ, ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਣਾ। ਫਿਲਹਾਲ ਦੇ ਲਈ ਦਿਓ ਇਜਾਜ਼ਤ, ਜੁੜੇ ਰਹੋ ਫੈਕਟ ਨਿਊਜ਼ ਦੇ ਨਾਲ। ਧੰਨਵਾਦ।